ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਅੱਜ ਇਹ ਬੇਨਤੀਆਂ ਸਾਂਝੀਆਂ ਕਰਨ ਲੱਗੇ ਆ ਸਤਿਗੁਰੂ ਜੀ ਕਿਰਪਾ ਕਰਨ ਸੋ ਗੁਰਮੁਖ ਪਿਆਰਿਓ ਜਿੱਥੇ ਕਿ ਆਪਾਂ ਸਾਰੇ ਜਾਣਦੇ ਆ ਕਿ ਕੌਮ ਪੰਥ ਦੋ ਚੀਜ਼ਾਂ ਦੀ ਗੱਲ ਹਰ ਕੋਈ ਕਰਦਾ ਹੈ ਕੌਮ ਕੀ ਹੈ ਜੀ ਕੌਮ ਪੰਥ ਕੀ ਹੈ ਜੀ ਪੰਥ ਐਂ ਕਰਦਾ ਜੀ ਕੌਮ ਐਂ ਕਰਦੀ ਹੈ ਹਰ ਕੋਈ ਇਸ ਵਿਸ਼ੇ ਤੇ ਜ਼ੋਰ ਦੇਣ ਤੇ ਲੱਗਿਆ ਹੋਇਆ ਹੈ ਹਰ ਕਿਸੇ ਦਾ ਜ਼ੋਰ ਲੱਗਿਆ ਹੋਇਆ ਹੈ ਸੋ ਸਾਧ ਸੰਗਤ ਇਸ ਵਿਸ਼ੇ ਤੇ ਪਹਿਲਾਂ ਵੀ ਆਪਾਂ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਅੱਜ ਫੇਰ ਸਾਂਝੀਆਂ ਕਰਨੀਆਂ ਨੇ ਕੌਮ ਦੀ ਚਿੰਤਾ ਕਰਨ ਵਾਲੇ ਪੰਥ ਦੀ ਚਿੰਤਾ ਕਰਨ ਵਾਲੇ ਜ਼ਰੂਰ ਸੁਣ ਲੈਣ ਫਤਿਹ ਬੁਲਾਓ ਜੀ ਪਹਿਲਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਉਹ ਆਪ ਹੀ ਪੰਥ ਦੇ ਵਾਲੀ ਨੇ ਉਹ ਆਪ ਹੀ ਪੰਥ ਦੇ ਰਹਿਬਰ ਨੇ ਸਾਧ ਸੰਗਤ ਉਹਨਾਂ ਨੂੰ ਪੰਥ ਦੀ ਚਿੰਤਾ ਹੈ ਪੰਥ ਉਹਨਾਂ ਦਾ ਬਣਾਇਆ ਹੋਇਆ ਹੈ ਤੇ ਪੰਥ ਨੂੰ ਆਪਾਂ ਵੇਖ ਰਹੇ ਹਾਂ ਸਾਧ ਸੰਗਤ ਜੋ ਪੰਥ ਦੀ ਪਹਿਲਾਂ ਹਾਲਤ ਸੀ ਉਹ ਅੱਜ ਪੰਥ ਦੀ ਹਾਲਤ ਬਹੁਤ ਗੰਭੀਰ ਹੈ ਪਹਿਲਾਂ ਨਾਲ ਪੰਥ ਦੀ ਹਾਲਤ ਹੁਣ ਉਹ ਨਹੀਂ ਹੈਗੀ ਪੰਥ ਦੀ ਹਾਲਤ ਹੁਣ ਗੰਭੀਰ ਹੈ ਪਿਆਰਿਓ ਜੇਕਰ ਅੱਜ ਪੰਥ ਸਾਡਾ ਚੜ੍ਹਦੀ ਕਲਾ ਦੇ ਵਿੱਚ ਨਹੀਂ ਹੈ ਤੇ ਇਹਦੇ ਜ਼ਿੰਮੇਵਾਰ ਵੀ ਅਸੀਂ ਅੱਜ ਆਪਾਂ ਜੇ ਸਾਡਾ ਪੰਥ ਅੱਜ ਢੈਂਦੀ ਕਲਾ ਦੇ ਵਿੱਚ ਹੈ ਕੌਮ ਦੇ ਮਸਲੇ ਹੱਲ ਨਹੀਂ ਹੋ ਰਹੇ ਇਹਦੇ ਜ਼ਿੰਮੇਵਾਰ ਵੀ ਅੱਜ ਅਸੀਂ ਆਪਾਂ ਸਰ ਸੰਗਤ ਜਦੋਂ ਤੇ ਬੋਲਣ ਦੀ ਵਾਰੀ ਹੁੰਦੀ ਹੈ ਉਦੋਂ ਤੇ ਅਸੀਂ ਲੋਕੇ ਬੈਠ ਜਾਂਦੇ ਆ ਜਦੋਂ ਹੱਕ ਲੈਣ ਦੀ ਵਾਰੀ ਹੁੰਦੀ ਹੈ ਉਦੋਂ ਅਸੀਂ ਲੁਕ ਜਾਂਦੇ ਆ ਵੀ ਚਲੋ ਕੋਈ ਨਹੀਂ ਜੀ ਆਪਾਂ ਨੂੰ ਕੋਈ ਲੋੜ ਹੈ ਜੀ ਹੋਰ ਬੋਲਣਗੇ ਬਥੇਰੇ ਬੋਲ। ਆਪਾਂ ਹਰੇਕ ਵਾਰੀ ਕਹਿ ਦਿੰਨੇ ਆ। ਫਲਾਣੇ ਨੇ ਬੇਅਦਵੀ ਕਰਤੀ ਜੀ ਫਲਾਣੇ ਨੇ ਐ ਕਰਤਾ ਜੀ ਕੋਈ ਨਾ ਜੀ ਕੋਈ ਉੱਠੂਗਾ ਜੀ ਮਾਈ ਦਾ ਲਾਲ ਕੋਈ ਨਾ ਜੀ ਕੋਈ ਤਾਂ ਕਰੂਗਾ ਜੀ ਸੇਵਾ ਅਸੀਂ ਅਸੀਂ ਬਸ ਕਹਿਣ ਨੂੰ ਆ। ਅਸੀਂ ਕਿੜਾ ਖਾਨ ਨੂੰ ਆ। ਵੀ ਕੋਈ ਉੱਠੂਗਾ ਮਾਈ ਦਾ ਅਸੀਂ ਮਾਈ ਦੇ ਲਾਲ ਨਹੀਂ ਬਣ ਸਕਦੇ। ਸਾਧ ਸੰਗਤ ਥਾਂ ਥਾਂ ਪੁਰ ਥਾਂ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣਾ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਇਨਸਾਫ ਨਾ ਮਿਲਣਾ ਗੋਲੀकांड ਦੇ ਇਨਸਾਫ ਨਾ ਮਿਲਣਾ ਐਨਐਸਏ ਨੌਜਵਾਨਾਂ ਤੇ ਲਾ ਕੇ ਡਿਬਰੂਗੜ੍ਹ ਭੇਜ ਦੇਣਾ ਉਹਨਾਂ ਤੇ ਕੋਈ ਕਾਰਵਾਈ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਨਾ ਹੋਣੀ ਤੇ ਯਾਦ ਰੱਖਿਓ 328 ਰੂਪ ਹੋਰ ਵੀ ਵਧੇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋ ਜਾਣੇ ਉਹਨਾਂ ਬਾਰੇ ਪਤਾ ਨਾ ਲੱਗਣਾ ਇਹ ਕੌਮ ਨਿਗਾਰਵਲ ਜਾਣ ਦੀ ਨਿਸ਼ਾਨੀ ਹੈ ਕਾਦੀ ਨਿਸ਼ਾਨੀ ਹੈ ਕਿਉਂਕਿ ਅਸੀਂ ਧਿਆਨ ਨਹੀਂ ਦਿੱਤਾ ਸਾਡੇ ਆਗੂਆਂ ਨੇ ਧਿਆਨ ਨਹੀਂ ਦਿੱਤਾ ਸਾਡੇ ਆਗੂ ਤੇ ਲੀਡਰਾਂ ਦੇ ਮਗਰ ਲੱਗੇ ਰਹੇ ਰਾਜਨੀਤੀ ਵਿੱਚ ਲੱਗੇ ਰਹੇ ਬੜੇ ਸ਼ਰਮ ਦੀ ਗੱਲ ਹੈ ਜੀ ਸਾਧ ਸੰਗਤ ਜਦੋਂ ਸਾਡੇ ਧਾਰਮਿਕ ਆਗੂ ਹੀ ਦੁਨਿਆਵੀ ਲੀਡਰਾਂ ਦੇ ਮਗਰ ਲਾ ਕੇ ਇਹਨਾਂ ਦੀ ਚਾਪਲੂਸੀ ਕਰਦੇ ਹੋਏ ਦਿਖਾਈ ਦਿੰਦੇ ਨੇ ਦੁਨਿਆਵੀ ਲੀਡਰਾਂ ਇਹਨਾਂ ਲੀਡਰਾਂ ਦੇ ਮਗਰ ਲਾ ਕੇ ਉਹ ਵੋਟਾਂ ਮੰਗਣ ਜਾਂਦੇ ਨੇ ਮੇਰਾ ਇਸ਼ਾਰਾ ਤੁਸੀਂ ਸਮਝ ਗਏ ਹੋ ਅੱਜ ਵਿਸ਼ਵਾਸ ਨਹੀਂ ਹੁੰਦਾ ਆਪਣੇ ਆਪ ਤੇ ਕਿ ਸਾਡੀ ਕੌਮ ਕਿੱਥੇ ਕੋ ਆ ਕੇ ਖਲੋਗੀ ਐ ਸਾਡੀ ਕੌਮ ਤੇ ਹੱਕ ਲੈਣ ਵਾਲੀ ਸੀ ਮੰਗ ਪੱਤਰ ਦੇ ਕੇ ਹੱਕ ਮੰਗਣ ਵਾਲੀ ਨਹੀਂ ਸਾਡੀ ਕੌਮ ਤੇ ਧੀਆ ਭੈਣਾਂ ਦੀ ਇੱਜ਼ਤ ਸੁਰੱਖਿਅਤ ਕਰਨ ਵਾਲੀ ਸੀ ਅੱਜ ਆਪਣੀਆਂ ਹੀ ਧੀਆ ਭੈਣਾਂ ਦੀ ਇੱਜ਼ਤ ਬਚਾਉਣਾ ਸਾਨੂੰ ਮੁਸ਼ਕਲ ਹੋਇਆ ਪਿਆ ਸਾਰ ਸੰਗਤ ਗੱਲ ਫਸਲਾਂ ਦੀ ਨਹੀਂ ਅੱਜ ਸਾਡੀ ਨਸਲਾਂ ਦੀ ਵੀ ਐ ਖੈਰ ਇਸ ਵਿਸ਼ੇ ਤੇ ਮੈਂ ਬਹੁਤਾ ਨਹੀਂ ਬੋਲਣਾ ਕਿਉਂਕਿ ਇਹ ਵਿਸ਼ਾ ਬੜਾ ਗੰਭੀਰ ਹੈ ਅੱਜ ਸਾਡੀਆਂ ਫਸਲਾਂ ਜਿੱਥੇ ਬਰਬਾਦ ਹੋ ਗਈਆਂ ਤੇ ਸਾਡੀਆਂ ਨਸਲਾਂ ਨੂੰ ਵੀ ਬਰਬਾਦ ਕੀਤਾ ਜਾ ਰਿਹਾ ਮੈਂ ਥੋੜਾ ਜਿਹਾ ਹਿੰਟ ਦੇਣਾ ਨਸ਼ੇ ਲਿਆ ਕੇ ਸਾਡੀਆਂ ਨਸਲਾਂ ਬਰਬਾਦ ਕਰਤੀਆਂ ਟੈਸਟ ਟੂਬ ਬੇਬੀ ਆ ਜਿਹੜੇ ਹੁੰਦੇ ਨੇ ਥਾਂ ਥਾਂ ਤੇ ਸੈਂਟਰ ਬਣੇ ਹੋਏ ਨੇ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਘਪਲੇ ਹੁੰਦੇ ਨੇ ਇਸ਼ਾਰਾ ਸਮਝ ਜਿਓ ਮੈਂ ਇੱਥੇ ਖੁੱਲ੍ਹ ਕੇ ਬੇਨਤੀ ਨਹੀਂ ਕਰ ਸਕਦਾ ਸੋ ਪਿਆਰਿਓ ਗੱਲ ਸਾਡੀ ਨਸਲਾਂ ਵਿਗਾੜਨ ਤੱਕ ਪਹੁੰਚ ਗਈ ਅੱਜ ਹਲੇ ਵੀ ਨਹੀਂ ਜਾਗਰੇ ਸੁੱਤੇ ਪਏ ਆ ਅਸੀਂ ਜਾਗੋ ਸਿੱਖੋ ਜੇ ਹੁਣ ਨਾ ਜਾਗੇ ਤੇ ਵੇਲਾ ਬਹੁਤ ਦੂਰ ਚਲਿਆ ਜਾਣਾ ਜੇ ਹੁਣ ਵੀ ਨਾ ਜਾਗੇ ਸਿੱਖੋ ਫਿਰ ਵੇੜਾ ਹੱਥ ਨਹੀਂ ਆਉਣਾ ਜਾਗੋ ਸਿੱਖੋ ਜੇ ਨਾ ਜਾਗੇ ਫਿਰ ਅਸੀਂ ਪਛਤਾਉਣਾ ਹੈ ਫਿਰ ਸਾਡੇ ਪੱਲੇ ਕੇਵਲ ਪਛਤਾਵਾ ਰਹਿ ਜਾਣਾ ਅਸੀਂ ਪਛਤਾਵਾਂਗੇ ਫਿਰ ਪਛਤਾਇਆ ਉਹ ਚੀਜ਼ ਨਹੀਂ ਬਣਨੀ ਪਛਤਾਵਾ ਕਰਕੇ ਜੇ ਵੇੜਾ ਹੱਥ ਆਉਂਦਾ ਹੁੰਦਾ ਤੇ ਲੋਕ ਅੱਜ ਪਛਤਾਵਾ ਕਰਕੇ ਵੇਲੇ ਨੂੰ ਹੱਥ ਲੈ ਆਉਂਦੇ ਦੁਬਾਰਾ ਤੋਂ ਪਰ ਅਫਸੋਸ ਕਿ ਵੇੜਾ ਹੱਥ ਨਹੀਂ ਆਉਂਦਾ ਅਫਸੋਸ ਕਿ ਪਛਤਾਵਾ ਕੀਤੇਆਂ ਵੇਲਾ ਹੱਥ ਨਹੀਂ ਆਇਆ ਕਰਦਾ। ਅੰਮ੍ਰਿਤਪਾਲ ਵਾਲੇ ਮਿਸ਼ੇ ਵਿਸ਼ੇ ਤੇ ਅਸੀਂ ਇਕਤ੍ਰਤ ਹੋਏ ਸੰਗਤਾਂ ਦਾ ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ ਪਰ ਇਸੇ ਤਰ੍ਹਾਂ ਜੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਮੰਗਣ ਲਈ ਅਸੀਂ ਇਕਤ੍ਰਤ ਹੋ ਜਾਈਏ ਕੌਮੀ ਇਨਸਾਫ ਮੋਰਚੇ ਦਾ ਸਾਥ ਦੇ ਦਈਏ ਜੋ ਮੁਹਾਲੀ ਵਿੱਚ ਚੱਲ ਰਿਹਾ ਹੈ ਸਾਧ ਸੰਗਤ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਸ਼ੇ ਤੇ ਇੱਕ ਹੋ ਜਾਈਏ ਤੇ ਅਸੀਂ ਮੰਗ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਤੇ ਹੈ ਹੀ ਨੇ ਪਰ ਉਹਨਾਂ ਤੋਂ ਇਲਾਵਾ ਜੇ ਕਿਸੇ ਹੋਰ ਵੀ ਧਾਰਮਿਕ ਗ੍ਰੰਥ ਦੀ ਬੇਅਦਵੀ ਹੁੰਦੀ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਯਾਦ ਰੱਖਿਓ ਇਹ ਬੇਅਦਵੀਆਂ ਫੇਰ ਰੁਕਣਗੀਆਂ ਜਦੋਂ ਅਸੀਂ ਇੱਕ ਹੋਵਾਂਗੇ ਤੇ ਬੇਅਦਵੀ ਕਰਨ ਵਾਲਿਆਂ ਦੀ ਮੌਕੇ ਤੇ ਥਾਪੜ ਅਪਰੇਟ ਕਰਾਂਗੇ ਇਹੋ ਜਿਹੇ ਬੰਦੇ ਜਿਹਦੇ ਬਾਹ ਵੜਦਿਓ ਜਿਹੜੀਆਂ ਬਾਹਾਂ ਨਾਲ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰਨ ਦੀ ਸੋਚੀ ਇਹੋ ਜਿਹੇ ਬੰਦੇ ਦੀਆਂ ਤੇ ਲੱਤਾਂ ਵੜਦਿਓ ਜਿਹੜੀਆਂ ਲੱਤਾਂ ਨਾਲ ਤੁਰ ਕੇ ਉਹ ਗੁਰੂ ਘਰ ਆਇਆ ਬੇਅਦਵੀ ਕਰਨ ਵਾਸਤੇ ਲੱਤ ਵੜਦਿਓ ਤੇ ਸਾਰੀ ਉਮਰ ਤੁਰਨ ਨੂੰ ਪਛਤਾਵੇ ਤੇ ਨਾਲੇ ਯਾਦ ਕਰੇ ਵੀ ਗੁਰੂ ਦੀ ਬੇਅਦਵੀ ਕਰਨ ਗਿਆ ਸੀ ਤੇ ਇਸ ਕੌਮ ਨੇ ਪੰਥ ਨੇ ਮੈਨੂੰ ਮੌਕੇ ਤੇ ਸਬਕ ਸਿਖਾਤਾ ਹੁਣ ਅੱਗੇ ਵਾਸਤੇ ਉਹ ਇਹੋ ਜੀ ਗੱਲ ਕਰਨ ਤੋਂ ਵੀ ਡਰੇ ਇਹ ਬੇਅਦਵੀਆਂ ਤਾਂ ਰੁਕਣਗੀਆਂ ਸਿੱਖੋ ਇਹ ਮਤ ਸਮਝੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਲੇ ਸਿੱਖ ਭਰਾਵਾਂ ਨੂੰ ਨਹੀਂ ਇਹ ਬੇਅਦਵੀਆਂ ਤਾਂ ਰੁਕਣਗੀਆਂ ਜੇ ਅਸੀਂ ਧਿਆਨ ਦੇਵਾਂਗੇ ਸੰਜੀਦਗੀ ਵਿਖਾਵਾਂਗੇ ਜੇ ਭੋਲਪਣੇ ਵਿੱਚ ਬੈਠੇ ਰਹੇ ਵੀ ਕੋਈ ਗੱਲ ਨਹੀਂ ਆਪੇ ਹੋ ਜੂ ਸਾਰਾ ਕੁਝ ਫੇਰ ਨਹੀਂ ਕੁਝ ਹੋਣਾ ਫੇਰ ਤੇ ਗੱਲ ਬਹੁਤ ਦੂਰ ਚਲੀ ਜਾਣੀ ਹੈ ਫੇਰ ਨਹੀਂ ਕੁਝ ਨਿਬੜਨਾ ਤਾਂ ਤੁਹਾਨੂੰ ਇਨਸਾਫ ਮਿਲਣਾ ਇਹ ਗੱਲ ਯਾਦ ਰੱਖਿਓ ਕੁਝ ਨਹੀਂ ਹੱਲ ਹੋਣਾ ਤੁਹਾਡਾ ਕੋਈ ਹੱਲ ਨਹੀਂ ਹੋਣਾ ਹੀ ਨਹੀਂ ਤੁਹਾਡਾ ਜੇ ਕਿਤੇ ਮਰਜ਼ੀ ਘੁੰਮ ਲਿਓ ਜਿੱਥੇ ਮਰਜ਼ੀ ਜਾਇਓ ਸਾਧ ਸੰਗਤ ਗੁਰੂ ਵਾਲੇ ਵਿਸ਼ੇ ਤੇ ਇੱਕ ਹੋ ਜਾ ਕਰੀਏ ਪੰਥ ਦੇ ਕੌਮ ਦੀ ਚਿੰਤਾ ਕਰਨ ਵਾਲੇ ਦਿਖਾਵੇ ਦੀ ਬੜੇ ਨੇ ਪਰ ਅੰਦਰੋਂ ਚਿੰਤਾ ਕਰਨ ਵਾਲੇ ਥੋੜੇ ਨੇ ਜਿਹੜੇ ਹੈਗੇ ਨੇ ਉਹਨਾਂ ਨਾਲ ਕੋਈ ਤੁਰਦਾ ਨਹੀਂ ਤੇ ਯਾਦ ਰੱਖਿਓ ਅਸੀਂ ਇੱਕ ਮਿਕ ਹੋ ਕੇ ਸੱਚ ਮੁੱਚ ਪੰਥ ਦਰਦੀ ਬਣੀਏ ਵਿਖਾਵੇ ਦੇ ਨਹੀਂ ਸੱਚ ਮੁੱਚ ਪੰਥ ਦੇ ਦਰਦੀ ਬਣ ਕੇ ਪੰਥ ਦੀ ਸੇਵਾ ਕਰਨ ਵਾਲੇ ਬਣੀਏ ਸਾਧ ਸੰਗਤ ਫੇਰ ਸਾਡੇ ਸੰਘਰਸ਼ ਕਾਮਯਾਬ ਹੋਣਗੇ ਨਹੀਂ ਇਦਾਂ ਫੋਕੇ ਸੰਘਰਸ਼ ਕੀਤੇ ਥਾਮਾ ਥਾਮਾ ਤੇ ਲਾ ਕੇ ਧਰਨੇ ਬੈਠ ਜਾਈਏ ਇਹ ਸੰਘਰਸ਼ ਸਾਡੇ ਕੰਮ ਨਹੀਂ ਆਉਣੇ ਇਹ ਗੱਲ ਯਾਦ ਰੱਖਿਓ ਭਾਈ ਅਮਰਿਤਪਾਲ ਸਿੰਘ ਨੇ ਵੀ ਕਿਹਾ ਸੀ ਮੇਰੇ ਮਰਨ ਤੋਂ ਬਾਅਦ ਮੱਸਿਆ ਨਹੀਂ ਘਟ ਜਾਣੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹ ਚਲਿਆ ਗਿਆ ਨੌਜਵਾਨ ਪਰ ਯਾਦ ਰੱਖਿਓ ਕਿਸੇ ਦੇ ਮਰਨ ਤੋਂ ਬਾਅਦ ਕੁਝ ਨਹੀਂ ਹੁੰਦਾ ਕਹਿੰਦੇ ਨੇ ਯਾਦ ਉਹਨਾਂ ਨੂੰ ਰੱਖਿਆ ਜਾਂਦਾ ਹੈ ਜੋ ਕੌਮ ਲਈ ਪੰਥ ਲਈ ਕੁਝ ਕਰਕੇ ਜਾਂਦੇ ਨੇ ਤੇ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਜਿਹੜੇ ਕੌਮ ਨੂੰ ਕੋਈ ਸੇਧ ਵੇਕੇ ਜਾਂਦੇ ਨੇ ਤੇ ਵੱਧ ਤੋਂ ਵੱਧ ਅਸੀਂ ਪ੍ਰਚਾਰ ਦੇ ਵਿੱਚ ਹਿੱਸਾ ਪਾਈਏ ਜਿਹੜੀ ਅੱਜ ਸਾਡੀ ਮੋਢਲੀ ਜ਼ਰੂਰਤ ਹੈ ਆ ਲੰਗਰ ਲਾਉਣੇ ਬੰਦ ਤੁਸੀਂ ਲੰਗਰ ਲਾਈ ਜਾਓ ਸ਼ਬੀਲਾ ਲਾਈ ਜਾਓ ਪੰਜਾਬ ਦਾ ਇੱਕ ਇਹੋ ਜਿਹਾ ਪਿੰਡ ਹੈ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਉਹਦੇ ਵਿੱਚੋਂ ਪਾਣੀ ਮੁੱਕ ਗਿਆ ਜੀ ਲੋਕ ਛੱਡ ਛੱਡ ਕੇ ਬਾਹਰ ਨੂੰ ਜਾ ਰਹੇ ਨੇ ਕਦੋਂ ਅਸੀਂ ਸੁਚੇਤ ਹੋਵਾਂਗੇ ਹੁਣ ਤੇ ਕੁਦਰਤ ਦੀ ਮਾਰ ਵੀ ਪੈਣੀ ਸ਼ੁਰੂ ਹੋ ਗਈ ਸਿਕੋ ਜਾਗੋ ਹੁਣ ਤੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਲੰਗਰ-ਲੰਗਰ ਬੰਦ ਕਰੀਏ ਜਿਨੂੰ ਲੋੜ ਹੋ ਗੁਰੂ ਘਰ ਆ ਕੇ ਸ਼ਕੂ ਜਿੱਥੇ ਜ਼ਰੂਰਤ ਹੈ ਉੱਥੇ ਲਾਈਏ ਆਪਣੇ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਤੇ ਉੱਚੇ-ਉੱਚੇ ਅਹੁਦਿਆਂ ਤੇ ਲੈ ਕੇ ਜਾਈਏ ਜੇ ਆਪਣੀ ਕੌਮ ਦਾ ਮਜ਼ਾਕ ਬਣਵਾਉਣ ਤੋਂ ਹਟਾਉਣਾ ਜੇ ਜੇ ਆਪਣੀ ਵੱਖਰੀ ਪਹਿਚਾਨ ਬਣਾਉਣੀ ਹੈ ਤਾਂ ਕਰਕੇ ਸਾਧ ਸੰਗਤ ਇਹਨਾਂ ਚੀਜ਼ਾਂ ਵੱਲ ਗੌਰ ਕੀਤੀ ਜਾਵੇ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਉਦਣ ਆਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ